ਅਜੀਤ ਵੈੱਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟੈਣਾ। ਹਫ਼ਤਾਵਾਰੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਅਤੇ ਹਰ ਹਫ਼ਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਉੱਘੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਣਕ ਜੀ ਆਪਣੇ ਨੇ। ਮਾਣਕ ਸਾਹਿਬ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਮਾਣਕ ਸਾਹਿਬ, ਪਹਿਲੀ ਖਬਰ ਦੇ ਵੱਲ ਰੁੱਖ ਕਰਦੇ ਹਾਂ। ਪਾਕਿਸਤਾਨ ਦੇ ਨਾਲ ਨੇੜਤਾ ਦੀਆਂ ਗੱਲਾਂ ਵੀ ਬੜੀ ਵਾਰ ਚੱਲੀਆਂ ਨੇ, ਪਰ ਪਾਕਿਸਤਾਨ ਨੇ ਆਪਣੀ ਕਈ ਹੋਈ ਗੱਲ ਦੇ ਉੱਤੇ ਅਮਲ ਅੱਜ ਤੱਕ ਬਹੁਤ ਘੱਟ ਕੀਤਾ ਹੈ। ਹਾਲਾਂਕਿ ਦੋਨਾਂ ਦੇਸ਼ਾਂ ਦੇ ਲੋਕ ਚਾਹੁੰਦੇ ਨੇ ਕਿ ਪਿਆਰ ਦੀ ਤੰਦ ਪੀੜੀ ਹੋਵੇ, ਸਰਹੱਦਾਂ ਖਤਮ ਹੋ ਜਾਣ, ਕੰਡਿਆਲੀਆਂ ਤਾਰਾਂ ਦੂਰ ਹੋ ਜਾਣ, ਪਰ ਪਾਕਿਸਤਾਨ ਦੇ ਵੱਲੋਂ ਪਹਿਲਾਂ ਦੀਨਾ ਨਗਰ ਦੇ ਵਿੱਚ ਪਿਛਲੇ ਦਿਨੀ ਹਮਲਾ ਕੀਤਾ ਗਿਆ, ਫਿਰ ਊਧਮਪੁਰ ਦੇ ਵਿੱਚ ਹਮਲਾ ਹੋਇਆ ਅਤੇ ਹੁਣ ਇੱਕ ਹੋਰ ਥਾਂ ਦੇ ਉੱਤੇ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਦੋਨਾਂ ਦੇਸ਼ਾਂ ਦੀ ਸਾਂਝ ਦੇ ਬਾਬਤ? ਟੈਣਾ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ, ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਆ ਜਿਹੜੇ ਉਹ ਦਿਨੋ ਦਿਨ ਵਿਗੜ ਰਹੇ ਆ। ਪੰਜਾਬ ਦੇ ਵਿੱਚ ਜਿਹੜਾ ਕਈ ਦਹਾਕੇ ਤੱਕ ਅਮਨ ਚੈਨ ਰਿਹਾ ਅਤੇ ਅਚਾਨਕ ਜਿਹੜਾ ਦੀਨਾਨਗਰ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ, ਔਰ ਇਸ ਘਟਨਾ ਤੋਂ ਬੜੀ ਜਲਦੀ ਊਧਮਪੁਰ ਵਿੱਚ ਇੱਕ ਘਟਨਾ ਵਾਪਰ ਗਈ ਇਸ ਤਰ੍ਹਾਂ ਦੀ, ਔਰ ਇੱਕ ਜ਼ਿੰਦਾ ਪਾਕਿਸਤਾਨੀ ਨਵੇਦ ਫੜਿਆ ਵੀ ਗਿਆ, ਜਿਹਦੇ ਨਾਲ ਇਹ ਗੱਲ ਫਿਰ ਇੱਕ ਵਾਰ ਸਪਸ਼ਟ ਹੋ ਗਈ ਆ ਕਿ ਪਾਕਿਸਤਾਨ ਦੀ ਧਰਤੀ ਤੋਂ ਜਿਹੜੀਆਂ ਜਿਹਾਦੀ ਤਨਜ਼ੀਮਾਂ ਭਾਰਤ ਦੇ ਵਿੱਚ ਘੁਸਪੈਠ ਕਰਦੀਆਂ, ਹਿੰਸਾ ਕਰਦੀਆਂ, ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਇੱਕ ਵਾਰ ਫਿਰ ਤੇਜ਼ ਹੋ ਗਈਆਂ। ਇਹਦੇ ਨਾਲ ਹੀ ਸਰਹੱਦ 'ਤੇ ਵੀ ਜਿਹੜਾ ਦੋਨਾਂ ਦੇਸ਼ਾਂ ਦੇ ਜਿਹੜੇ ਸੁਰੱਖਿਆ ਦਲ ਹੈ ਉਹਨਾਂ ਦੇ ਵਿੱਚ ਗੋਲੀ ਚੱਲਦੀ ਰਹਿੰਦੀ ਹੈ, ਖਾਸ ਕਰਕੇ ਜਿਹੜੀ ਕੰਟਰੋਲ ਰੇਖਾ ਉਹਦੇ ਉੱਪਰ, ਅਤੇ ਦੋਨਾਂ ਪਾਸੇ ਜਿਹੜੇ ਉਹ ਨੌਜਵਾਨ ਆ, ਜਿਹੜੇ ਸਾਡੀ ਸੁਰੱਖਿਆ ਦਲਾਂ ਦੇ ਨੌਜਵਾਨ ਆ, ਉਹ ਮਾਰੇ ਜਾਂਦੇ ਆ। ਇਹ ਬੜੇ ਦੁਖਾਂਤ ਵਾਲੀ ਗੱਲ ਹੈ। ਇਹਦੇ ਨਾਲ ਦੋਹਾਂ ਦੇਸ਼ਾਂ 'ਚ ਤਣਾਅ ਵੱਧ ਜਾਂਦਾ ਇਹਦੇ ਨਾਲ, ਅਤੇ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਕੋਈ ਜੇ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਗਈ, ਪਾਕਿਸਤਾਨ ਦੀ ਧਰਤੀ ਤੋਂ ਕੋਈ ਅੱਤਵਾਦੀ ਘੁਸ ਕੇ ਇੱਥੇ ਵੱਡੀ ਪੱਧਰ 'ਤੇ ਉਹਨਾਂ ਲੋਕਾਂ ਨੂੰ ਮਾਰ ਦਿੱਤਾ, ਜਿਸ ਤਰ੍ਹਾਂ ਮੁੰਬਈ 'ਚ ਹੋਇਆ ਸੀ 1993 'ਚ, ਤਾਂ ਇੱਥੇ ਮੁੜ ਕੇ ਫਿਰ ਜਿਹੜੀ ਆ ਦੋਹਾਂ ਦੇਸ਼ਾਂ ਦੀਆਂ ਫੌਜਾਂ ਸਰਹੱਦ ਦੇ ਆਹਮੋ ਸਾਹਮਣੇ ਖੜ੍ਹੀਆਂ ਨਜ਼ਰ ਆ ਸਕਦੀਆਂ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਪਾਕਿਸਤਾਨ ਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਆਪਣੀ ਧਰਤੀ ਹੈ ਜਿਹੜੀ ਉਹਨਾਂ ਦੀ, ਉਹ ਭਾਰਤ ਵਿਰੁੱਧ ਜਿਹੜੀ ਹਿੰਸਾ ਲਈ ਅੱਤਵਾਦੀ ਤਨਜ਼ੀਮਾਂ ਵੱਲੋਂ ਨਾ ਵਰਤੀ ਜਾਏ, ਔਰ ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਵੀ ਇਹ ਸਮਝਣਾ ਚਾਹੀਦਾ ਕਿ ਭਾਰਤ ਵਰਗੇ ਵੱਡੇ ਦੇਸ਼ ਨਾਲ ਇਸ ਤਰ੍ਹਾਂ ਦੇ ਸੰਬੰਧ ਬਣਾ ਕੇ ਜਾਂ ਭਾਰਤ ਦੇ ਪ੍ਰਤੀ ਇਸ ਤਰ੍ਹਾਂ ਦਾ ਵਤੀਰਾ ਧਾਰਨ ਕਰਕੇ ਕਸ਼ਮੀਰ ਸਮੇਤ ਕੋਈ ਵੀ ਮਸਲਾ ਜਿਹੜਾ ਉਹ ਹੱਲ ਨਹੀਂ ਹੋ ਸਕਦਾ। ਬਹੁਤ ਕੁਝ ਹੋ ਗਿਆ, ਦੇਸ਼ ਦੀ ਵੰਡ ਸਮੇਂ 10 ਲੱਖ ਲੋਕ ਮਰੇ ਸੀ, ਔਰ 1 ਕਰੋੜ ਲੋਕਾਂ ਨੂੰ ਆਪਣੇ ਘਰ ਘਾਟ ਛੱਡ ਕੇ ਇੱਧਰ ਉੱਧਰ ਵਸਣਾ ਪਿਆ ਸੀ, ਜੋ ਉਸ ਵੇਲੇ ਫਿਰਕੂ ਹਿੰਸਾ ਹੋਈ ਸੀ, ਔਰ ਉਹ ਤੋਂ ਬਾਅਦ ਅਸੀਂ ਕੋਈ ਪਛਤਾਪ ਕਰਨ ਦੀ ਥਾਂ 'ਤੇ, ਇੱਥੇ ਅਮਨ ਅਤੇ ਸ਼ਾਂਤੀ ਲਈ ਕੋਈ ਯਤਨ ਕਰਨ ਦੀ ਥਾਂ 'ਤੇ ਸਾਡੇ ਜਿਹੜੇ ਸਿਆਸਤਦਾਨ ਹੈ, ਸਾਡੇ ਜਿਹੜੇ ਜਿਹੜੇ ਪਾਕਿਸਤਾਨ ਦੇ ਖਾਸ ਕਰਕੇ ਸੁਰੱਖਿਆ ਦਲ ਹੈ, ਉਹ ਫਿਰ ਹਜੇ ਵੀ ਜਿਹੜੀ ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲੇ ਪਾਸੇ ਤੁਰੇ ਹੋਏ ਆ, ਔਰ ਪਾਕਿਸਤਾਨ ਦੀ ਸਰਕਾਰ ਜਿਹੜੇ ਪਾਕਿਸਤਾਨ ਦੀ ਧਰਤੀ ਤੋਂ ਜਿਹੜੇ ਅਨਸਰ ਜਾਂ ਜਿਹੜੀਆਂ ਤਨਜ਼ੀਮਾਂ ਹਿੰਸਾ ਫੈਲਾਉਣੀਆਂ ਉਹਨਾਂ ਨੂੰ ਰੋਕਣ 'ਚ ਫੇਲ ਹੋ ਰਹੇ ਆ, ਅਤੇ ਇਸ ਗੱਲ ਦੀ ਲੋੜ ਹੈ ਦੋਨਾਂ ਦੇਸ਼ਾਂ ਦੇ ਅੰਦਰ ਅਮਨ ਅਤੇ ਦੋਸਤੀ ਚਾਹੁਣ ਵਾਲੇ ਲੋਕ ਆ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਲਹਿਰ ਬਣਾਉਣੀ ਚਾਹੀਦੀ ਹੈ, ਤਾਂ ਕਿ ਅਸੀਂ ਜਿਹੜਾ ਦੋਨਾਂ ਦੇਸ਼ਾਂ ਜਿਹੜੀ ਦੁਸ਼ਮਣੀ ਦੀ ਦਾਸਤਾਨ ਲੰਮੀ ਹੁੰਦੀ ਜਾ ਰਹੀ ਹੈ ਉਹਨੂੰ ਖਤਮ ਕਰਕੇ ਕੋਈ ਨਵੀਂ ਜਿਹੜੀ ਸਵੇਰ ਆ ਉਹਦੇ ਵੱਲ ਅਸੀਂ ਵੱਧ ਸਕੀਏ। ਬਿਲਕੁਲ ਮਾਣਕ ਸਾਹਿਬ, ਅਗਲੀ ਖਬਰ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬਿਹਾਰ ਦੇ ਵਿੱਚ ਗਏ ਨੇ ਅਤੇ ਇਹਨਾਂ ਨੇ ਉੱਥੇ ਜਾ ਕੇ ਬੜਕ ਮਾਰਦਿਆਂ ਇਹ ਗੱਲ ਕਹੀ ਆ ਕਿ ਇੱਥੇ ਤਾਂ ਭਾਜਪਾ ਦੀ ਸਰਕਾਰ ਬਣੀ ਬਣੀ ਲਓ। ਇਹਨਾਂ ਨੇ ਕਿਹਾ ਕਿ ਜੇਕਰ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਵਾਲੀ ਸਰਕਾਰ ਫਿਰ ਆ ਗਈ ਤਾਂ ਫਿਰ ਜੰਗਲ ਰਾਜ ਭਾਗ 2 ਹੋਏਗਾ ਇੱਥੇ। ਤੁਸੀਂ ਕੀ ਮੰਨਦੇ ਹੋ ਬਤੌਰ ਪੱਤਰਕਾਰ ਕਿ ਨਰਿੰਦਰ ਮੋਦੀ ਹੋਰਾਂ ਨੇ ਹੁਣ ਤੱਕ ਕੀਤੇ ਹੋਏ ਵਾਅਦੇ ਕਿੰਨੇ ਕੁ ਪੂਰੇ ਕੀਤੇ ਆ? ਲੋਕਾਂ ਦੇ ਮਨਾਂ ਦੇ ਵਿੱਚ ਭਾਜਪਾ ਦੇ ਪ੍ਰਤੀ ਕਿਹੋ ਜਿਹਾ ਅਸਰ ਝਲਕਦਾ ਹੈ ਅਤੇ ਕੀ ਇਸ ਵਾਰ ਭਾਜਪਾ ਦਾ ਦਾਅ ਜਿਹੜਾ ਉਹ ਬਿਹਾਰ ਦੇ ਵਿੱਚ ਲੱਗ ਸਕਦਾ ਹੈ ਜਾਂ ਫਿਰ ਨਹੀਂ? ਬਿਹਾਰ ਦੇ ਵਿੱਚ 1 ਅਕਤੂਬਰ-ਨਵੰਬਰ 'ਚ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ, ਔਰ ਉਹਨੂੰ ਮੁੱਖ ਰੱਖ ਕੇ ਹੀ ਨਰਿੰਦਰ ਮੋਦੀ ਹੋਰਾਂ ਨੇ 2 ਉੱਥੇ ਚੋਣ ਰੈਲੀਆਂ ਕੀਤੀਆਂ, ਇੱਕ ਪਹਿਲਾਂ ਕੀਤੀ ਸੀ, ਹੁਣ ਹੁਣੇ ਕੀਤੀ ਹੈ। ਉਹਦੇ 'ਚ ਜਿਸ ਤਰ੍ਹਾਂ ਚੋਣਾਂ ਦੇ ਵਿੱਚ ਉਹਨਾਂ ਦਾ ਅੰਦਾਜ਼ ਹੁੰਦਾ, ਵਿਰੋਧੀ ਪਾਰਟੀਆਂ 'ਤੇ ਸਖ਼ਤ ਹਮਲੇ ਕਰਦੇ ਆ, ਇਸ ਵਾਰ ਵੀ ਉਹਨਾਂ ਨੇ ਜਨਤਾ ਦਲ ਯੂ ਅਤੇ ਜਨਤਾ ਦਲ ਰਾਸ਼ਟਰੀ ਜਿਹੜੇ ਉੱਥੇ ਸਰਕਾਰ ਚਲਾ ਰਹੇ ਆ ਨਿਤਿਸ਼ ਦੀ ਅਗਵਾਈ ਵਿੱਚ, ਉਹਨਾਂ ਨੂੰ ਨਿਸ਼ਾਨਾ ਬਣਾਇਆ, ਔਰ ਉਹਨਾਂ ਨੇ ਵੋਟਰਾਂ ਨੂੰ ਇਹ ਕਿਹਾ ਕਿ ਜਿਸ ਤਰ੍ਹਾਂ ਲਾਲੂ ਯਾਦਵ ਦੇ ਵੇਲੇ ਜਿਹੜਾ ਜੰਗਲ ਰਾਜ ਉੱਥੇ ਸੀਗਾ, ਜੇ ਤਾਂ ਜੇ ਮੁੜ ਕੇ ਫਿਰ ਇਸ ਗੱਠਜੋੜ ਨੂੰ ਤੁਸੀਂ ਸਜ਼ਾ ਦਿੱਤੀ ਤਾਂ ਜੰਗਲ ਰਾਜ 2 ਜਿਹੜਾ ਉਹ ਆ ਜਾਏਗਾ। ਇੱਕ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਸ ਵੇਲੇ ਜਿਹੜੀ ਆ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ, ਅਤੇ ਉਹਨਾਂ ਕੋਲ ਸਭ ਤੋਂ ਵੱਧ ਪ੍ਰਭਾਵਸ਼ਾਲੀ ਬੁਲਾਰਾ ਜਿਹੜਾ ਉਹ ਨਰਿੰਦਰ ਮੋਦੀ ਜਿਹੜੇ ਕਿ ਪ੍ਰਧਾਨ ਮੰਤਰੀ ਉਹੀ ਹੈ।
ਇਸ ਕਰਕੇ ਉਹਨਾਂ ਨੇ ਸਾਰਾ ਕੁਝ ਮੋਦੀ ਦੇ ਉੱਪਰ ਹੀ ਦਾਅ ਤੇ ਲਾਇਆ ਹੋਇਆ ਤੇ ਯਤਨ ਉਹ ਕਰਨਗੇ ਕਿ ਹਰ ਢੰਗ ਨਾਲ ਜਿਹੜਾ ਨਿਤਿਸ਼ ਦੀ ਸਰਕਾਰ ਆ ਉਹਦੇ ਖਿਲਾਫ ਸਖਤ ਪ੍ਰਚਾਰ ਕੀਤਾ ਜਾਏ, ਸਖਤ ਹਮਲੇ ਕੀਤੇ ਜਾਣ ਤਾਂ ਕਿ ਉਹ ਵੋਟਾਂ ਲੈ ਸਕਣ। ਬਾਕੀ ਇਹ ਗੱਲ ਟੈਣਾ ਜੀ ਦੇਖੀ ਜਾਏਗੀ ਕਿ ਨਿਤਿਸ਼ ਦੀ ਸਰਕਾਰ ਵੇਲੇ ਜਿਹੜਾ ਕਿ ਪ੍ਰਭਾਵ ਸਾਰੇ ਹਿੰਦੁਸਤਾਨ 'ਚ ਪਾਇਆ ਜਾ ਰਿਹਾ ਕਿ ਵਿਕਾਸ ਦੇ ਕਾਫੀ ਕੰਮ ਹੋਏ ਆ ਔਰ ਪੰਜਾਬ 'ਚ ਵੀ ਇਹਦਾ ਪ੍ਰਭਾਵ ਮਹਿਸੂਸ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਹਾਰੀ ਮਜ਼ਦੂਰ ਸੀਗੇ ਉਹਨਾਂ ਦੀ ਆਮਦ ਪਹਿਲਾਂ ਨਾਲੋਂ ਬਹੁਤ ਘੱਟ ਗਈ ਹੈ ਅਤੇ ਸਾਰੇ ਦੇਸ਼ 'ਚ ਪ੍ਰਭਾਵ ਬਣਿਆ ਕਿ ਬਿਹਾਰ ਦੇ ਵਿੱਚ ਵੀ ਜਿਹੜਾ ਵਿਕਾਸ ਦੇ ਕੰਮ ਕਾਜ ਹੋਇਆ, ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧੇ ਆ ਔਰ ਉੱਥੇ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਵੀ ਪਹਿਲਾਂ ਨਾਲੋਂ ਸੁਧਰੀ ਹੈ। ਇਹਦੇ 'ਚ ਹੁਣ ਬਿਹਾਰ ਦੇ ਲੋਕ ਇਹਦੇ ਬਾਰੇ ਫਤਵਾ ਦੇਣਗੇ ਕਿ ਉਹ ਨਿਤਿਸ਼ ਦੀ ਅਗਵਾਈ ਵਿੱਚ ਜਿਹੜੀ ਆ ਗੱਠਜੋੜ ਦੀ ਸਰਕਾਰ ਆ ਜਿਹੜੀ ਉਹਨੂੰ ਕਾਇਮ ਰੱਖਦੇ ਆ ਜਾਂ ਭਾਜਪਾ ਨੂੰ ਜਿਹੜਾ ਆ ਉਹ ਨਵੀਂ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਆ। ਬਾਕੀ ਟੈਣਾ ਜੀ ਚੋਣ ਮੁਹਿੰਮ ਦੀ ਅਜੇ ਸ਼ੁਰੂਆਤ ਹੀ ਹੋਈ ਆ, ਇਹਦੇ ਦੌਰਾਨ ਬਹੁਤ ਕੁਛ ਹੋਏਗਾ, ਬੜੀ ਤਿੱਖੀ ਜਿਹੜੀ ਬਿਆਨਬਾਜ਼ੀ ਹੋਏਗੀ, ਬੜੇ ਘਟੀਆ ਕਿਸਮ ਦੇ ਇੱਕ ਦੂਜੇ ਦੇ ਖਿਲਾਫ਼ ਦੋਸ਼ ਲਾਏ ਜਾਣਗੇ। ਜਿੱਦਾਂ ਕਿ ਅੰਗਰੇਜ਼ੀ ਦੀ ਕਹਾਵਤ ਹੈ ਕਿ ਜੰਗ ਅਤੇ ਪਿਆਰ ਵਿੱਚ ਸਭ ਕੁਝ ਵਾਜਬ ਹੁੰਦਾ, ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ। ਪਰ ਅਸੀਂ ਚਾਹਾਂਗੇ ਕਿ ਰਾਜਨੀਤਿਕ ਪਾਰਟੀਆਂ ਇੱਕ ਬੰਦੇਜ ਵਿੱਚ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰਨ। ਜਿਹੜੀਆਂ ਚੋਣਾਂ ਜਿਹੜੀਆਂ ਉਹ ਜਿਹੜੀਆਂ ਕੁਛ ਬੁਨਿਆਦੀ ਅਸੂਲ ਹੁੰਦੇ ਆ ਜਮਹੂਰੀਅਤ ਦੇ, ਉਹਨਾਂ ਅਸੂਲਾਂ ਦੇ ਵਿੱਚ ਰਹਿ ਕੇ ਜਿਹੜੀ ਉਹ ਚੋਣਾਂ ਲੜੀਆਂ ਜਾਣ। ਮਾਨਕ ਸਾਹਿਬ, ਅਸੀਂ 21ਵੀਂ ਸਦੀ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਪਰ ਫਿਰ ਵੀ ਭਾਰਤੀ ਲੋਕਾਂ ਦਾ ਇੱਕ ਵੱਡਾ ਹਿੱਸਾ ਅੰਧ ਵਿਸ਼ਵਾਸ ਦੀ ਦਲਦਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ। ਮਾਫ਼ ਕਰਨਾ, ਅਸੀਂ ਆਸਾ ਰਾਮ ਨੂੰ ਬਾਪੂ ਕਹਿ ਦਿੰਦੇ ਹਾਂ, ਰਾਧੇ ਨੂੰ ਮਾਂ ਕਹਿ ਦਿੰਦੇ ਹਾਂ। ਇਹਦੇ ਉੱਤੇ ਕੁਝ ਲੋਕਾਂ ਨੂੰ ਇਤਰਾਜ਼ ਵੀ ਹੁੰਦਾ ਕਿ ਇੱਦਾਂ ਕਿਉਂ ਨਹੀਂ ਕਿਹਾ ਜਾਂਦਾ, ਪਰ ਰਾਧੇ ਮਾਂ ਦੇ ਬਾਬਤ ਪਿਛਲੇ ਕਈ ਦਿਨਾਂ ਤੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਸੁਣਨ ਵਾਲੇ ਦੇਖਣ ਵਾਲੇ ਹੈਰਾਨ ਤੋਂ ਹੈਰਾਨ ਹੋਈ ਜਾਂਦੇ ਨੇ। ਹੁਣ ਪਤਾ ਲੱਗਾ ਹੈ ਕਿ ਮੁੰਬਈ ਦੀ ਪੁਲਿਸ ਦੇ ਵੱਲੋਂ ਰਾਧੇ ਨੂੰ ਸੰਮਣ ਜਾਰੀ ਕਰ ਦਿੱਤਾ ਗਿਆ। ਤੁਸੀਂ ਇਹ ਸਾਰੇ ਘਟਨਾਕ੍ਰਮ ਬਾਰੇ ਕੀ ਕਹੋਗੇ? ਟੈਣਾ ਜੀ, ਦੇਸ਼ ਦੇ ਅੰਦਰ ਜਿਹੜਾ ਧਾਰਮਿਕ ਪ੍ਰਚਾਰ ਆ ਇਹਦੇ ਬਾਰੇ ਕੋਈ ਕਾਇਦੇ ਕਾਨੂੰਨ ਬਣਨੇ ਚਾਹੀਦੇ ਆ। ਕਰਨਾਟਕ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਕਿਰਿਆ ਚੱਲ ਰਹੀ ਆ ਕਿ ਉਹ ਵੀ ਅੰਧ ਵਿਸ਼ਵਾਸ ਦੇ ਖਿਲਾਫ਼ ਇੱਕ ਕਾਨੂੰਨ ਬਣਾਉਣਾ ਚਾਹੁੰਦੇ ਆ। ਇਸੇ ਤਰ੍ਹਾਂ ਦਾ ਕਾਨੂੰਨ ਮਹਾਰਾਸ਼ਟਰ ਵਿੱਚ ਬਣ ਵੀ ਚੁੱਕਾ, ਜਿੱਥੇ ਕਿ ਮੁੰਬਈ ਦੇ ਵਿੱਚ ਜਿਹੜੀ ਰਾਧੇ ਮਾਂ ਉਹ ਰਹਿ ਰਹੀ ਹੈ। ਅਤੇ ਲੋੜ ਇਸ ਗੱਲ ਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸੰਤ ਮਹਾਂਪੁਰਸ਼ ਆਪਣੇ ਆਪ ਨੂੰ ਸੰਤ ਹੋਣ ਦਾ ਦਾਅਵਾ ਕਰਦੇ ਆ, ਅਸਲ 'ਚ ਉਹ ਕਾਰੋਬਾਰੀ ਅਤੇ ਪਖੰਡੀ ਕਿਸਮ ਦੇ ਲੋਕ ਆ, ਅੰਧ ਵਿਸ਼ਵਾਸ ਫੈਲਾਉਂਦੇ ਆ ਅਤੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਆ, ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਆ, ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਆ। ਅਜਿਹੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਇਸੇ ਤਰ੍ਹਾਂ ਦੀ ਖੁੱਲ੍ਹ ਜਿਸ ਤਰ੍ਹਾਂ ਦੀ ਅੱਜ ਹਿੰਦੁਸਤਾਨ 'ਚ ਦਿੱਤੀ ਗਈ ਹੈ, ਜੇ ਇਸ ਤਰ੍ਹਾਂ ਦੀ ਖੁੱਲ੍ਹ ਜਾਰੀ ਰਹੀ ਤਾਂ ਲੋਕਾਂ ਦਾ ਜਿਹੜਾ ਉਹ ਸ਼ੋਸ਼ਣ ਜਾਰੀ ਰਹੇਗਾ ਔਰ ਇਹਦੇ 'ਚ ਦੇਸ਼ ਨੂੰ ਬਹੁਤ ਨੁਕਸਾਨ ਹੋਏਗਾ। ਦੇਸ਼ ਨੂੰ ਜੇਕਰ ਅਸੀਂ ਪ੍ਰਗਤੀਸ਼ੀਲ ਬਣਾਉਣਾ, ਲੋਕਾਂ ਦੇ ਵਿੱਚ ਵਿਗਿਆਨਕ ਚੇਤਨਾ, ਵਿਗਿਆਨਕ ਦ੍ਰਿਸ਼ਟੀਕੋਣ ਜਿਹੜਾ ਉਹ ਪੈਦਾ ਹੋਣਾ ਬੜਾ ਜ਼ਰੂਰੀ ਹੈ। ਉਦੋਂ ਤੱਕ ਪੈਦਾ ਨਹੀਂ ਹੋ ਸਕਦਾ ਜਦੋਂ ਤੱਕ ਇਹੋ ਜਿਹੇ ਲੋਕਾਂ ਦੀਆਂ ਸਰਗਰਮੀਆਂ ਤੋਂ ਰੋਕ ਨਹੀਂ ਲਾਈ ਜਾਂਦੀ। ਤੁਸੀਂ ਜ਼ਿਕਰ ਕੀਤਾ ਬਾਪੂ ਆਸਾ ਰਾਮ ਦਾ, ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਰਗਰਮੀਆਂ ਹੁਣ ਸਾਹਮਣੇ ਆਈਆਂ ਔਰ ਜਿਸ ਤਰ੍ਹਾਂ ਉਹ ਜਿਹੜੀਆਂ ਔਰਤਾਂ ਦੇ ਸ਼ੋਸ਼ਣ ਕਰਨ ਦੇ ਕੇਸਾਂ 'ਚ ਉਹ ਜੇਲ੍ਹ ਉਹ ਕੱਟ ਰਹੇ ਆ ਔਰ ਬਾਹਰ ਜਿਹੜੇ ਆ ਉਹਨਾਂ ਦੇ ਜਿਹੜੇ ਅਖੌਤੀ ਪੈਰੋਕਾਰ ਆ ਉਹ ਗਵਾਹਾਂ ਨੂੰ ਮਾਰ ਰਹੇ ਆ, ਇਹ ਤੋਂ ਤਾਂ ਇਹ ਸਾਬਤ ਹੁੰਦਾ ਕਿ ਇਹ ਲੋਕ ਜਿਹੜੇ ਆ ਜਰਾਇਮ ਪੇਸ਼ਾ ਲੋਕ ਆ, ਇਹਨਾਂ ਨੇ ਜਿਹੜੀ ਸੰਤ ਹੋਣ ਦਾ ਸਿਰਫ ਬਾਣਾ ਪਾਇਆ ਹੋਇਆ। ਇਹੋ ਜਿਹੇ ਲੋਕਾਂ ਤੋਂ ਸਮਾਜ ਨੂੰ, ਸਮਾਜ ਦੀ ਏਕਤਾ ਅਖੰਡਤਾ ਨੂੰ ਔਰ ਲੋਕਾਂ ਦੀ ਸਦਭਾਵਨਾ ਨੂੰ ਬਹੁਤ ਖਤਰਾ, ਸਰਕਾਰ ਨੂੰ ਜਿਹੜਾ ਕੇਂਦਰ ਸਰਕਾਰ ਨੂੰ ਵੀ ਅਤੇ ਰਾਜਾਂ ਨੂੰ ਵੀ ਇਸ ਤਰ੍ਹਾਂ ਦੇ ਪਖੰਡੀ ਲੋਕਾਂ ਦੀਆਂ ਸਰਗਰਮੀਆਂ 'ਤੇ ਰੋਕ ਲਾਉਣ ਲਈ ਇੱਕ ਅੰਧ ਵਿਸ਼ਵਾਸ ਦੇ ਖਿਲਾਫ਼ ਜਿਹੜਾ ਉਹ ਕੌਮੀ ਪੱਧਰ 'ਤੇ ਵੀ ਰਾਜਾਂ ਦੀ ਪੱਧਰ 'ਤੇ ਵੀ ਕਾਨੂੰਨ ਜਿਹੜੇ ਬਣਾਉਣੇ ਚਾਹੀਦੇ ਆ, ਜਿਹੜੇ ਸੰਵਿਧਾਨ 'ਚ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਪਹਿਲਾਂ ਮੌਜੂਦ ਹੈ ਜਿਹਦੇ 'ਚ ਅੰਧ ਵਿਸ਼ਵਾਸ ਦੇ ਖਿਲਾਫ਼ ਜਿਹਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਸਕਦੀ ਆ, ਉਹਨਾਂ ਵਿਵਸਥਾਵਾਂ ਨੂੰ ਵੀ ਲਾਗੂ ਕਰਨਾ ਚਾਹੀਦਾ। ਮਾਨਕ ਸਾਹਿਬ, ਪੰਜਾਬ ਦੇ ਵੱਲ ਰੁੱਖ ਕਰਦੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਤੱਕ ਜਦੋਂ ਨਸ਼ਾ ਮੁਕਤੀ ਲਹਿਰ ਸ਼ੁਰੂ ਕੀਤੀ ਸੀ, ਬੜੀ ਚਰਚਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਜੜ੍ਹ ਪੁੱਟੀ ਜਾਣੀ ਹੈ, ਨਸ਼ਿਆਂ ਦੀ ਜੜ੍ਹ ਪੁੱਟੀ ਜਾਣੀ ਹੈ, ਪਰ ਬਾਅਦ ਦੇ ਵਿੱਚ ਮਾਮਲਾ ਠੱਪ ਜਿਹਾ ਹੋ ਗਿਆ ਅਤੇ ਹੁਣ ਪਿਛਲੇ ਕੁਝ ਕੁ ਦਿਨਾਂ ਤੋਂ ਇਹ ਮਾਮਲਾ ਫਿਰ ਉਛਲਿਆ, ਕਿਉਂਕਿ ਕਮਲ ਸ਼ਰਮਾ ਜਿਹੜੇ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਸਹਿਯੋਗੀ ਗ੍ਰਿਫਤਾਰ ਕੀਤੇ ਗਏ ਨੇ। ਹੁਣ ਕਮਲ ਸ਼ਰਮਾ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵੀ ਮੰਗਿਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਮੈਂ ਤਾਂ ਇਹ ਮੰਗ ਨਹੀਂ ਕੀਤੀ। ਕੀ ਕਹਿਣਾ ਚਾਹੋਗੇ ਨਸ਼ਿਆਂ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਹੋ ਰਹੀ ਹੈ? ਅਸੀਂ ਇਸ ਪ੍ਰੋਗਰਾਮ 'ਚ ਬਹੁਤੀ ਵਾਰ ਇਹ ਕਿਹਾ ਔਰ ਵਾਰ ਵਾਰ ਕਿਹਾ ਕਿ ਪੰਜਾਬ 'ਚ ਜਿਹੜੇ ਨਸ਼ੇ ਵਿਕ ਰਹੇ ਆ ਇਹ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਪੁਲਿਸ ਦੇ ਅੰਦਰਲੇ ਮਾੜੇ ਅੰਸਰ ਹੈ, ਉਹਨਾਂ ਦੀ ਮਿਲੀ ਭੁਗਤ ਨਾਲ ਇਹ ਵਿਕ ਰਹੇ ਆ ਔਰ ਇਸ ਸਿਲਸਿਲੇ ਨੂੰ ਜੇਕਰ ਰੋਕਣਾ ਤਾਂ ਜਿਹੜੇ ਪੁਲਿਸ ਦੇ ਅੰਦਰ ਜਿਹੜੇ ਮਾੜੇ ਅੰਸਰ ਆ
ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਬਾਹਰ ਕੱਢਣਾ ਪਏਗਾ। ਇਸੇ ਤਰ੍ਹਾਂ ਸਿਆਸੀ ਪਾਰਟੀਆਂ ਨੂੰ ਇੱਕ ਵੱਡਾ ਕਦਮ ਚੁੱਕ ਕੇ ਉਹਨਾਂ ਦੇ ਕੇਡਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਮਾੜੇ ਅਨਸਰ ਸ਼ਾਮਲ ਹੋ ਗਏ, ਜਿਹੜੇ ਪਾਰਟੀਆਂ ਦਾ ਨਾਂ ਵਰਤ ਕੇ ਜਿਹੜੇ ਨਸ਼ਿਆਂ ਦਾ ਧੰਦਾ ਕਰ ਰਹੇ ਆ, ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਪਾਰਟੀਆਂ 'ਚੋਂ। ਜਦੋਂ ਤੱਕ ਇਸ ਤਰ੍ਹਾਂ ਦੇ ਸਖ਼ਤ ਕਦਮ ਨਹੀਂ ਪੁੱਟੇ ਜਾਂਦੇ, ਇਹ ਸਿਲਸਿਲਾ ਜਾਰੀ ਰਹੇਗਾ। ਅਤੇ ਪਹਿਲਾਂ ਜਿਹੜੇ ਅਕਾਲੀ ਦਲ ਦੇ ਆਗੂਆਂ 'ਤੇ ਨਸ਼ਾ ਵੇਚਣ ਦੇ ਦੋਸ਼ ਲੱਗੇ, ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਜਿਹੜਾ ਭਾਜਪਾ ਦੇ ਆਗੂਆਂ 'ਤੇ ਦੋਸ਼ ਲੱਗਣ ਲੱਗ ਪਿਆ, ਔਰ ਭਾਜਪਾ ਦੇ ਕੁਝ ਆਗੂਆਂ ਨੂੰ ਇਸ ਕਰਕੇ ਪਾਰਟੀ 'ਚੋਂ ਵੀ ਕੱਢਿਆ ਗਿਆ, ਇਹਦੇ 'ਚ ਇਕੱਲੀ ਇੱਕ ਪਾਰਟੀ ਦਾ ਮਸਲਾ ਨਹੀਂ, ਇੱਕ ਜਾਂ ਦੋ ਪਾਰਟੀਆਂ ਦਾ ਮਸਲਾ ਨਹੀਂ, ਇਸ ਤਰ੍ਹਾਂ ਦੇ ਮਾੜੇ ਆਨਸਰ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ 'ਚ ਹੈਗੇ ਆ। ਔਰ ਇਹਨਾਂ ਪਾਰਟੀਆਂ ਨੂੰ ਆਪੋ ਆਪਣੀ ਪੱਧਰ 'ਤੇ ਸਕਰੀਨਿੰਗ ਕਮੇਟੀਆਂ ਬਣਾ ਕੇ ਇਸ ਤਰ੍ਹਾਂ ਦੇ ਮਾੜੇ ਆਨਸਰਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਅਗਰ ਇਸ ਤਰ੍ਹਾਂ ਦਾ ਕਦਮ ਕੋਈ ਚੁੱਕਿਆ ਜਾਏਗਾ, ਫਿਰ ਹੀ ਪੰਜਾਬ 'ਚ ਨਸ਼ਿਆਂ ਨੂੰ ਠੱਲ ਪੈ ਸਕੇਗੀ। ਅਤੇ ਮਾਨਕ ਸਾਹਿਬ, ਇਹਦੇ ਨਾਲ ਮਿਲਦੀ ਜੁਲਦੀ ਖਬਰ ਇਹ ਹੈ ਕਿ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਸ਼ੇੜੀਆਂ ਨੂੰ ਭਰਤੀ ਕਰਵਾਇਆ ਗਿਆ। ਕੁਝ ਹੱਦ ਤੱਕ ਚੰਗੇ ਨਤੀਜੇ ਵੀ ਸਾਹਮਣੇ ਆਏ, ਪਰ ਬਹੁਤੇ ਨਤੀਜੇ ਵਧੀਆ ਨਹੀਂ ਆਏ। ਹੁਣ ਪਤਾ ਲੱਗਾ ਹੈ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵਿਪਰੇ ਨੌਰਫਿਨ ਨਾਂ ਦੀ ਇੱਕ ਗੋਲੀ, ਜਿਹੜੀ ਕਿ ਨਸ਼ਿਆਂ ਦੇ ਵੱਲੋਂ ਮੂੰਹ ਮੋੜਦੀ ਆ ਨਸ਼ੇੜੀਆਂ ਦਾ, ਹੁਣ ਜਿਹੜੇ ਨਸ਼ੇੜੀ ਆ ਉਹਦੇ ਆਦੀ ਹੋ ਰਹੇ ਨੇ, ਅਤੇ ਇਸ ਗੋਲੀ ਦੀ ਧੜਾ ਧੜ ਵਿਕਰੀ ਹੋ ਰਹੀ ਹੈ। ਕੀ ਕਹਿਣਾ ਚਾਹੋਗੇ ਵੀ ਇੱਕ ਨਸ਼ੇ ਨੂੰ ਛੱਡਿਆ ਅਤੇ ਨਸ਼ੇੜੀ ਦੂਜੇ ਨਸ਼ੇ ਦੇ ਨਾਲ ਜੁੜ ਗਏ? ਟੈਣਾ ਜੀ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਇੱਕ ਪੋਲਸੀ ਜਿਹੜੀ ਆ ਬਣਨੀ ਚਾਹੀਦੀ ਸੀ, ਕਾਰਜ ਯੋਜਨਾ ਬਣਨੀ ਚਾਹੀਦੀ ਸੀ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਦੀ ਜਿਲਣ ਵਿੱਚੋਂ ਕੱਢਣਾ। ਉਸ ਵੇਲੇ ਜਦੋਂ ਲੋਕ ਸਭਾ ਦੀਆਂ ਚੋਣਾਂ 'ਚ ਇੱਥੇ ਅਕਾਲੀ ਭਾਜਪਾ ਗੱਠਜੋੜ ਨੂੰ ਹਾਰ ਹੋਈ ਅਤੇ ਨਸ਼ੇ ਇੱਕ ਮੁੱਦਾ ਬਣ ਗਏ ਅਤੇ ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲ ਗਈਆਂ, ਉਸ ਵੇਲੇ ਸਰਕਾਰ ਨੇ ਕੁਝ ਕਦਮ ਚੁੱਕੇ, ਕੋਈ ਨਸ਼ੇ ਵੇਚਣ ਵਾਲੇ ਫੜੇ ਅਤੇ ਕੁਛ ਨਸ਼ੇ ਖਾਣ ਵਾਲੇ ਵੀ ਫੜੇ ਗਏ, ਅਤੇ ਥੋੜ੍ਹਾ ਜਿਹੜਾ ਪੁਲਿਸ ਨੇ ਵੀ ਕੁਛ ਕਾਰਵਾਈਆਂ ਕੀਤੀਆਂ ਅਤੇ ਉਹਦੇ ਨਾਲ ਥੋੜ੍ਹੀ ਠੱਲ ਪਈ। ਪਰ ਨੌਜਵਾਨਾਂ ਨੂੰ ਨਸ਼ਿਆਂ ਦੀ ਜਿਲਣ 'ਚੋਂ ਕੱਢਣ ਲਈ ਜਿਹੜੀ ਇੱਕ ਨੀਤੀ ਬਣਨੀ ਚਾਹੀਦੀ ਸੀ ਉਹ ਬਣੀ ਨਹੀਂ। ਭਾਵੇਂ ਨਸ਼ਾ ਕੇਂਦਰ ਸਰਕਾਰ ਨੇ ਵੀ ਖੋਲ੍ਹਿਆ, ਕੇਂਦਰ ਸਰਕਾਰ ਵੀ ਹੁਣ ਨਸ਼ਾ ਛਡਾਊ ਕੇਂਦਰ ਜਿਹੜੀ ਆ ਖੋਲ੍ਹ ਰਹੀ ਹੈ, ਪਰ ਉਹਦੇ ਵਿੱਚ ਇੱਕ ਕਾਰਜ ਯੋਜਨਾ ਦੀ ਘਾਟ ਨਜ਼ਰ ਆ ਰਹੀ ਹੈ ਕਿ ਨੌਜਵਾਨਾਂ ਨੂੰ ਜਿਹੜੀਆਂ ਬਦਲਵੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨਸ਼ਾ ਛਡਾਉਣ ਲਈ, ਉਹਦੇ ਵੀ ਉਹ ਆਦੀ ਨਾ ਬਣ ਜਾਣ, ਉਹਦੇ ਇੱਕ ਸੀਮਾ ਤੱਕ ਹੱਦ ਤੱਕ ਉਹ ਦਵਾਈਆਂ ਦਿੱਤੀਆਂ ਜਾਣ, ਉਹ ਤੋਂ ਬਾਅਦ ਨੌਜਵਾਨਾਂ ਨੂੰ ਉਹ ਦਵਾਈਆਂ ਦੇਣੀਆਂ ਬੰਦ ਕਰਕੇ ਉਹਨਾਂ ਨੂੰ ਜਿਹੜਾ ਨਸ਼ਾ ਮੁਕਤ ਜਿਹੜਾ ਉਹਨਾਂ ਨੂੰ ਬਣਾਉਣਾ ਚਾਹੀਦਾ। ਉਹ ਇਹਦੇ ਅੱਧੇ ਅਧੂਰੇ ਯਤਨ ਹੋ ਰਹੇ ਆ। ਹੁਣ ਸਿਵਲ ਹਸਪਤਾਲਾਂ 'ਚੋਂ ਤੁਸੀਂ ਇਸ ਤਰ੍ਹਾਂ ਦੀਆਂ ਦਵਾਈਆਂ ਮਿਲ ਜਾਣੀਆਂ ਜਿਹੜੀਆਂ ਨੌਜਵਾਨ ਨਸ਼ਿਆਂ ਦੇ ਆਦੀ ਨੌਜਵਾਨ ਲੈਂਦੇ, ਤਾਂ ਇਸ ਕਰਕੇ ਆ ਕਿ ਅਸੀਂ ਨਸ਼ੇ ਛੱਡਣੇ ਆ, ਇਸ ਕਰਕੇ ਦਵਾਈ ਦੀ ਸਾਨੂੰ ਲੋੜ ਆ, ਜਿਹੜੀਆਂ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਤੋਂ ਦਵਾਈਆਂ ਮਿਲ ਜਾਣੀਆਂ। ਪਰ ਉਹ ਇਹਨਾਂ ਦਵਾਈਆਂ ਦੇ ਨਾਲ ਉਹ ਆਪਣੇ ਨਸ਼ੇ ਦੀ ਪੂਰਤੀ ਕਰਦੇ ਆ, ਬਲਕਿ ਨਸ਼ੇ ਛੱਡ ਨਹੀਂ ਰਹੇ। ਇਹ ਇੱਕ ਬੜੀ ਚਿੰਤਾ ਵਾਲੀ ਗੱਲ ਹੈਗੀ ਆ। ਹੁਣ ਵੀ ਲੋੜ ਇਹ ਆ ਕਿ ਕੇਂਦਰ ਸਰਕਾਰ ਨਾਲ ਸਹਿਯੋਗ ਕਰਕੇ, ਕਿਉਂਕਿ ਕੇਂਦਰ ਸਰਕਾਰ ਵੀ ਪੰਜਾਬ 'ਚ 28 ਦੇ ਲਗਭਗ ਜਿਹੜੇ ਨਸ਼ਾ ਛਡਾਊ ਕੇਂਦਰ ਖੋਲ੍ਹ ਰਹੀ ਹੈ, ਇਹਨਾਂ ਨੂੰ ਆਪਸ ਵਿੱਚ ਬੈਠ ਕੇ ਕੇਂਦਰ ਵੀ ਆਪਣੇ ਸਾਧਨ ਜੁਟਾਵੇ, ਰਾਜ ਸਰਕਾਰ ਵੀ ਆਪਣੇ ਸਾਧਨ ਜੁਟਾਵੇ, ਅਤੇ ਇਸ ਤਰ੍ਹਾਂ ਦੀ ਇੱਕ ਨੀਤੀ ਬਣਾਉਣੀ ਚਾਹੀਦੀ ਆ ਕਿ ਨੌਜਵਾਨਾਂ ਨੂੰ ਅਸੀਂ ਨਸ਼ਿਆਂ ਤੋਂ ਬਾਹਰ ਕਿਵੇਂ ਕੱਢਣਾ, ਇਹਦੇ 'ਚ ਸਿਹਤ ਮਾਹਰਾਂ ਦਾ ਵੀ ਸਹਿਯੋਗ ਲਿਆ ਜਾਣਾ ਚਾਹੀਦਾ। ਮਾਨਕ ਸਾਹਿਬ, 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਲਹਿਰ ਦੀ ਸ਼ੁਰੂਆਤ ਕੀਤੀ ਸੀ, ਪਰ ਉਹਦੇ ਨਤੀਜੇ ਕਿੰਨੇ ਕੁ ਚੰਗੇ ਸਾਹਮਣੇ ਆਏ ਆਪਾਂ ਸਾਰੇ ਜਾਣਦੇ ਹਾਂ। ਥਾਂ ਥਾਂ ਦੇ ਉੱਤੇ ਗੰਦਗੀ ਦੇ ਢੇਰ ਅੱਜ ਵੀ ਬਹੁਤ ਥਾਵਾਂ ਦੇ ਉੱਤੇ ਮਿਲਦੇ ਨੇ, ਪਰ ਹੁਣ ਇੱਕ ਸਰਵੇ ਸਾਹਮਣੇ ਆਇਆ ਵੀ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਨੇ ਜਿਹੜੇ ਸਾਫ਼ ਸਫਾਈ ਦੇ ਮਾਮਲੇ 'ਚ ਪਛੜੀ ਜਾਂਦੇ ਨੇ। ਅੰਮ੍ਰਿਤਸਰ 430ਵੇਂ ਨੰਬਰ 'ਤੇ ਅਤੇ ਲੁਧਿਆਣਾ ਆਇਆ 381ਵੇਂ ਨੰਬਰ 'ਤੇ। ਕੀ ਕਹਿਣਾ ਚਾਹੋਗੇ ਸਵੱਛ ਭਾਰਤ ਲਹਿਰ ਬਾਰੇ ਅਤੇ ਪੰਜਾਬ ਦੀ ਸਵੱਛਤਾ ਦੇ ਬਾਰੇ? ਸਵੱਛ ਭਾਰਤ ਮਿਸ਼ਨ ਦੇ ਅਧੀਨ ਜਿਹੜਾ ਸ਼ਹਿਰਾਂ ਦਾ ਸਰਵੇ ਕਰਾਇਆ ਗਿਆ, ਇਹ ਇੱਕ ਚੰਗਾ ਕਦਮ ਆ। ਘੱਟੋ ਘੱਟ ਸਾਨੂੰ ਹਕੀਕਤ ਦਾ ਪਤਾ ਲੱਗੇਗਾ ਕਿ ਸਾਡੇ ਸ਼ਹਿਰ ਕਿੰਨੇ ਗੰਦੇ ਆ, ਔਰ ਕਿਹੜਾ ਸ਼ਹਿਰ ਥੋੜ੍ਹਾ ਬਹੁਤਾ ਸਾਫ਼ ਸੁਥਰਾ, ਔਰ ਉੱਥੇ ਜੇ ਕੋਈ ਚੰਗਾ ਕੰਮ ਹੋ ਰਿਹਾ ਤਾਂ ਉਹ ਕਿਸ ਪੱਧਰ 'ਤੇ ਹੋ ਰਿਹਾ, ਕਿਵੇਂ ਹੋ ਰਿਹਾ, ਕਿਹੜੀਆਂ ਏਜੰਸੀਆਂ ਕਰ ਰਹੀਆਂ, ਉਹਨਾਂ ਤੋਂ ਕੁਛ ਸਿੱਖਿਆ ਜਾ ਸਕਦਾ। ਅਤੇ ਇਹਦੇ ਨਾਲ ਹੀ ਜਿਹੜੀ ਇੱਕ ਚੇਤਨਾ ਲੋਕਾਂ 'ਚ ਜਾਂਦੀ ਹੈ ਕਿ ਸਾਡੇ ਸ਼ਹਿਰ ਗੰਦੇ ਆ, ਅਸੀਂ ਇਹਨਾਂ ਨੂੰ ਸਾਫ਼ ਸੁਥਰਾ ਰੱਖਣਾ। ਇਹਦੇ ਆਧਾਰ 'ਤੇ ਹੀ ਕੇਂਦਰ ਸਰਕਾਰ ਅਤੇ ਸੰਬੰਧਿਤ ਰਾਜ ਸਰਕਾਰਾਂ ਆਪਣੀ ਕਾਰਜ ਯੋਜਨਾ ਬਣਾ ਸਕਦੀਆਂ ਕਿ ਸਾਡੇ ਸ਼ਹਿਰ ਜਿਹੜੇ ਆ ਉਹ ਇੰਨੇ ਗੰਦੇ ਆ ਅਤੇ ਇਹਨਾਂ ਨੂੰ ਅਸੀਂ ਕਿਵੇਂ ਜਿਹੜਾ ਉਹ ਸਾਫ਼ ਸੁਥਰੇ ਬਣਾਉਣਾ। ਖਾਸ ਕਰਕੇ ਟੈਣਾ ਜੀ, ਸਾਡੇ ਮਸਲੇ ਇਹ ਆ ਕਿ ਸੀਵਰੇਜ ਸਿਸਟਮ ਸਾਰੇ ਸ਼ਹਿਰਾਂ 'ਚ ਪੂਰੀ ਤਰ੍ਹਾਂ ਚੁਸਤ ਦਰੁਸਤ ਨਹੀਂ ਹੈ। ਇਸ ਤੋਂ ਇਲਾਵਾ ਸ਼ਹਿਰਾਂ ਦਾ ਜਿਹੜਾ ਕੂੜਾ ਕਰਕਟ ਆ ਜਾਂ ਫੈਕਟਰੀਆਂ 'ਚੋਂ ਜਿਹੜਾ ਗੰਦਾ ਪਾਣੀ ਨਿਕਲਦਾ, ਉਹਨੂੰ ਸਾਫ਼ ਕਰਕੇ ਉਸ ਪਾਣੀ ਦੀ ਹੋਰ ਮੰਤਵਾਂ ਲਈ ਵਰਤੋਂ ਕਰਨ ਦਾ ਸਾਡੇ ਕੋਲ ਕੋਈ ਸਿਲਸਿਲਾ ਨਹੀਂ ਹੈ। ਪਾਣੀ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਹਰ ਥਾਂ 'ਤੇ ਨਹੀਂ ਲੱਗੇ ਹੋਏ, ਜਿਹੜੇ ਅਸੀਂ ਕਈ ਵਾਰ ਜਿਹੜੀਆਂ ਖਬਰਾਂ ਆਉਣੀਆਂ ਕਿ ਸਰਕਾਰ ਕੂੜੇ ਕਰਕਟ ਤੋਂ ਖਾਦ ਬਣਾਏਗੀ, ਕੂੜੇ ਕਰਕਟ ਤੋਂ ਬਿਜਲੀ ਪੈਦਾ ਕਰੇਗੀ, ਇਸ ਤਰ੍ਹਾਂ ਦੀਆਂ ਖਬਰਾਂ ਤਾਂ ਆਉਣੀਆਂ। ਕੁਛ ਪਲਾਂਟ ਲਾਏ ਵੀ ਜਾਂਦੇ ਆ ਪਰ ਉਹ ਸਫਲਤਾ ਨਾਲ ਚੱਲਦੇ ਨਹੀਂ।
ਸਾਡੀਆਂ ਜਿਹੜੇ ਵੀ ਅਸੀਂ ਫੈਸਲੇ ਕਰਦੇ ਹਾਂ ਜਾਂ ਨੀਤੀਆਂ ਬਣਾਉਂਦੇ ਹਾਂ ਉਹਨੂੰ ਪ੍ਰਤੀਬੱਧਤਾ ਨਾਲ ਅਸੀਂ ਲਾਗੂ ਨਹੀਂ ਕਰਦੇ, ਇਹਦੇ ਕਰਕੇ ਜਿਹੜੇ ਆ ਜੋ ਨਤੀਜੇ ਨਿਕਲਣੇ ਚਾਹੀਦੇ ਆ ਉਹ ਨਿਕਲਦੇ ਨਹੀਂ। ਜਦੋਂ ਤੱਕ ਅਸੀਂ ਸਾਰੇ ਆਮ ਲੋਕ ਵੀ ਸੁਚੇਤ ਨਹੀਂ ਹੁੰਦੇ ਅਤੇ ਸਰਕਾਰਾਂ ਵੀ ਇਸ ਮਕਸਦ ਲਈ ਪ੍ਰਤੀਬੱਧ ਨਹੀਂ ਹੁੰਦੀਆਂ, ਉਦੋਂ ਤੱਕ ਸ਼ਹਿਰਾਂ ਨੂੰ ਸਾਫ਼ ਸੁਥਰਾ ਬਣਾਉਣਾ ਔਖਾ ਹੋਏਗਾ ਜੀ। ਅਤੇ ਮਾਣਕ ਸਾਹਿਬ, ਪਿਛਲੇ ਦਿਨੀ ਇਹ ਵੀ ਖਬਰ ਆਈ ਕਿ ਜਗਮੀਤ ਸਿੰਘ ਬਰਾੜ ਹੋਰਾਂ ਦੀ ਘਰ ਵਾਪਸੀ ਹੋ ਗਈ ਹੈ ਅਤੇ ਸੋਨੀਆ ਗਾਂਧੀ ਨੇ ਉਹਨਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ। ਕੀ ਕਹਿਣਾ ਚਾਹੋਗੇ, ਉਹਨਾਂ ਦੀ ਘਰ ਵਾਪਸੀ ਦੇ ਨਾਲ ਕਾਂਗਰਸ ਨੂੰ ਕੋਈ ਫਾਇਦਾ ਹੋਏਗਾ ਜਾਂ ਸਿਰਫ ਬਰਾੜ ਹੋਰਾਂ ਨੂੰ ਫਾਇਦਾ ਹੋਏਗਾ ਇਹਦਾ? ਟਾਣਾ ਜੀ, ਇਹਦੇ 'ਚ ਕਾਂਗਰਸ ਨੂੰ ਵੀ ਫਾਇਦਾ ਹੋਏਗਾ ਅਤੇ ਬਰਾੜ ਹੋਣਾ ਨੂੰ ਵੀ ਫਾਇਦਾ ਹੋਏਗਾ। ਕਿਉਂ, ਉਹਨਾਂ ਜਗਮੀਤ ਸਿੰਘ ਬਰਾੜ 'ਚ ਇੱਕ ਥੋੜ੍ਹੀ ਜਿਹੀ ਘਾਟ ਹੈ, ਉਹ ਅਨੁਸ਼ਾਸਨ 'ਚ ਨਹੀਂ ਰਹਿ ਪਾਉਂਦੇ, ਜੋ ਉਹਨਾਂ ਦੇ ਦਿਲ 'ਚ ਗੱਲ ਹੁੰਦੀ ਹੈ ਉਹਨਾਂ ਦੀ ਜ਼ਬਾਨ 'ਤੇ ਆ ਜਾਂਦੀ ਹੈ। ਔਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਰਾਹੁਲ ਅਤੇ ਸੋਨੀਆ ਗਾਂਧੀ ਨੂੰ ਹੁਣ ਥੋੜ੍ਹੇ ਚਿਰ ਲਈ ਪਾਸੇ ਹਟ ਜਾਣਾ ਚਾਹੀਦਾ, ਪਾਰਟੀ ਦੀ ਅਗਵਾਈ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ, ਅਤੇ ਉਹ ਤੋਂ ਹਾਈਕਮਾਂਡ ਨਾਰਾਜ਼ ਹੋ ਗਏ। ਤੁਸੀਂ ਜਾਣਦੇ ਹੀ ਹਾਂ ਕਿ ਕਾਂਗਰਸ 'ਚ ਪਰਿਵਾਰਵਾਦ ਬੜਾ ਭਾਰੂ ਆ, ਨਹਿਰੂ ਗਾਂਧੀ ਪਰਿਵਾਰ ਜਿਹੜਾ ਕਾਂਗਰਸ ਨੂੰ ਚਲਾਉਂਦਾ, ਹੋਰ ਸਾਰੇ ਲੀਡਰ ਬਦਲੇ ਜਾ ਸਕਦੇ ਆ ਪਰ ਨਹਿਰੂ ਗਾਂਧੀ ਪਰਿਵਾਰ ਨਾਲ ਸੰਬੰਧਿਤ ਜਿਹੜੇ ਜੀ ਇਸ ਪਾਰਟੀ ਨੂੰ ਚਲਾ ਰਹੇ ਆ ਉਹ ਨਹੀਂ ਬਦਲੇ ਜਾ ਸਕਦੇ, ਚਾਹੇ ਪਾਰਟੀ ਜਿੱਤੇ ਅਤੇ ਚਾਹੇ ਹਾਰੇ। ਅਤੇ ਜਗਮੀਤ ਬਰਾੜ ਉਹਨਾਂ ਨੇ ਉਹ ਗੱਲ ਕਹਿਤੀ ਸੀ ਜਿਹੜੀ ਕਾਂਗਰਸ ਨੂੰ ਮਨਜ਼ੂਰ ਨਹੀਂ ਹੋ ਸਕਦੀ ਸੀ, ਇਸ ਕਰਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਜਾਣਾ ਪਿਆ। ਹੁਣ ਉਹ ਦੁਬਾਰਾ ਫਿਰ ਵਾਪਸ ਆ ਗਿਆ, ਉਹਨਾਂ ਨੂੰ ਇਸ ਕਰਕੇ ਵਾਪਸ ਆਉਣਾ ਪਿਆ ਕਿ ਜਗਮੀਤ ਬਰਾੜ ਬੁਨਿਆਦੀ ਤੌਰ 'ਤੇ ਥੋੜ੍ਹੇ ਜਿਹੇ ਧਰਮ ਨਿਰਪੱਖ ਵਿਚਾਰਾਂ ਦੇ ਇਹ ਵਿਅਕਤੀ ਹੈ, ਉਹ ਭਾਜਪਾ ਵਰਗੀ ਪਾਰਟੀ 'ਚ ਚੱਲ ਨਹੀਂ ਸਕਦੇ ਸੀ, ਭਾਵੇਂ ਉਹਨਾਂ ਨੇ ਭਾਜਪਾ 'ਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਹ ਚੰਗੀ ਗੱਲ ਹੋਈ ਹੈ ਕਿ ਉਹ ਭਾਜਪਾ 'ਚ ਗਏ ਨਹੀਂ, ਕਿਉਂਕਿ ਭਾਜਪਾ 'ਚ ਉਹਨਾਂ ਦਾ ਦਮ ਹੋਰ ਜ਼ਿਆਦਾ ਘੁੱਟਣਾ ਸੀ, ਉੱਥੇ ਉਹ ਨਹੀਂ ਚੱਲ ਨਹੀਂ ਸਕਣਾ ਸੀ, ਉਹਨਾਂ ਨੇ ਮੁੜ ਕੇ ਕਾਂਗਰਸ ਵੱਲ ਵਾਪਸ ਆ ਗਏ ਆ। ਇਹਦੇ ਵਿੱਚ ਉਹ ਆਪਣਾ ਰੋਲ ਅਦਾ ਕਰਨਗੇ, ਇਹਦੇ ਨਾਲ ਉਹਨਾਂ ਨੂੰ ਵੀ ਨਿੱਜੀ ਤੌਰ 'ਤੇ ਫਾਇਦਾ ਹੋਏਗਾ ਅਤੇ ਕਾਂਗਰਸ ਨੂੰ ਵੀ ਜਿਹੜਾ ਉਹ ਫਾਇਦਾ ਹੋਏਗਾ ਜੀ। ਮਾਣਕ ਸਾਹਿਬ, ਖਬਰਾਂ ਕਈ ਹੋਰ ਵੀ ਸਨ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।